ਪਿੱਛੇ ਜੋ ਖਾਲਸਾ ਜੀ ਛਾੜੇ ਤੋਂ ਆ ਰਿਹਾ ਸੀ ਚੱਬੇ ਜਾਣਾ ਸੀ ਤੇ ਮੈਂ ਇਸ ਏਰੀਏ ਦੇ ਵਿੱਚ ਆ ਕੇ ਵੇਖਿਆ ਕਿ ਕਾਫੀ ਟ੍ਰੈਫਿਕ ਜਮਾਂ ਵਾ ਤੇ ਜਦੋਂ ਮੈਂ ਮੋਟਰਸਾਈਕਲ ਡੱਕਿਆ ਤੇ ਮੋਟਰਸਾਈਕਲ ਡੱਕਣ ਦੇ ਨਾਲ ਹੀ ਵੇਖਿਆ ਕਿ ਬੰਦਾ ਸਾਡਾ ਵਾਕਫ ਸੀ ਫੌਜੀ ਉਹਨੂੰ ਕਹਿੰਦੇ ਨੇ ਤੇ ਮੈਂ ਉਹਦੇ ਕੋਲ ਗਿਆ ਮੋਟਰਸਾਈਕਲ ਲਾ ਕੇ ਮੈਂ ਕਿਹਾ ਭਾਜੀ ਕੀ ਗੱਲ ਹੋ ਗਈ ਹੈ ਕਹਿੰਦੇ ਵੀ ਮੇਰੇ ਗੋਲੀ ਮਾਰ ਕੇ ਤੇ ਗੋਲੀ ਮਾਰ ਕੇ ਤੇ ਗੱਡੀ ਖੋਹ ਕੇ ਲੈ ਗਏ ਨੇ ਮੇਰੇ ਕੋਲ ਤੇ ਲਾਗੇ ਗੁਰਦੁਆਰਾ ਛਾੜੇ ਸਾਹਿਬ ਡਿਊਟੀ ਕਰਦੇ ਨੇ ਕੋਈ ਰਾਗੀ ਸਿੰਘ ਉਹਨਾਂ ਦੀ ਗੱਡੀ ਪਹਿਲਾਂ ਖੜੀ ਸੀ ਮੇਰੇ ਆਉਣ ਤੋਂ ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਲੱਗਾ ਸੀ ਮੋਟਰਸਾਈਕਲ ਤੇ ਭਾ ਕੇ ਲੈ ਕੇ ਜਾਣ ਤੇ ਉਹ ਕਹਿੰਦੇ ਵੀ ਨਹੀਂ ਸਾਡੀ ਗੱਡੀ 'ਚ ਪਾ ਦਿਓ ਇਹਨਾਂ ਨੂੰ ਉਹਨਾਂ ਨੂੰ ਮੈਂ ਥੱਲਿਓਂ ਚੁੱਕ ਕੇ ਸੜਕ ਤੋਂ ਉਹਨਾਂ ਦੀ ਗੱਡੀ ਦੇ ਵਿੱਚ ਬਾਹ ਦਿੱਤਾ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਤਾ ਉੱਥੇ ਮੁੜ ਕੇ ਗੱਡੀ ਭਾਈ ਉਹਨਾਂ ਦੇ ਦੱਸਣ ਦੇ ਮੁਤਾਬਕ ਮੈਂ ਤਾਂ ਵੇਖੀ ਨਹੀਂ ਗੱਡੀ ਉਹਨਾਂ ਦੇ ਦੱਸਣ ਦੇ ਮੁਤਾਬਕ ਗੱਡੀ ਸਵਿਫਟ ਗੱਡੀ ਡਿਜ਼ਾਇਰ ਚਿੱਟੇ ਰੰਗ ਦੀ ਇਹ ਕਨਫਰਮ ਨਹੀਂ ਹੈ ਕਿਉਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਉਹਨਾਂ ਨੇ ਸਿਰਫ ਇੰਨੀ ਗੱਲ ਦੱਸੀ ਮੈਨੂੰ ਕਿ ਮੇਰੇ ਗੋਲੀ ਮਾਰ ਕੇ ਤੇ ਗੱਡੀ ਖੋ ਕੇ ਲੈ ਗਏ ਬੰਦੇ ਗੋਲੀ ਆਹ ਚੀਜ਼ ਚ ਵੱਜੀ ਇੱਥੇ ਹਾਂਜੀ ਕਬੀ ਲੱਤ ਚ ਗੋਡੇ ਦੇ ਉੱਤੇ ਭਾਜੀ ਅਸੀਂ ਆ ਰਹੇ ਸੀ ਸੰਤ ਸਾਹਿਬ ਤੋਂ ਆ ਰਹੇ ਸੀ ਤੇ ਰਸਤੇ ਦੇ ਵਿੱਚ ਇਹਨਾਂ ਨੂੰ ਗੋਲੀ ਮਾਰ ਕੇ ਕੋਈ ਤੇ ਗੱਡੀ ਤੋਂ ਸੁੱਟ ਕੇ ਚਲੇ ਗਿਆ ਗੱਡੀ ਲੈਣ ਆਏ ਸੀ ਸਵਿਫਟ ਗੱਡੀ ਸੀ ਇਹਨਾਂ ਤੋਂ ਤੇ ਔਨਲਾਈਨ ਜਿਵੇਂ ਸੇਲ ਕਰਦੇ ਆ ਸੇਲ ਕਰਨ ਵਾਸਤੇ ਇਹ ਗਏ ਸੀ ਅਤੇ ਉੱਥੋਂ ਹੀ ਇਹਨਾਂ ਨੂੰ ਗੋਲੀ ਮਾਰ ਕੇ ਕੋਈ ਤੇ ਗੱਡੀ ਖੋ ਕੇ ਭੱਜ ਗਿਆ ਇਹਨਾਂ ਦੀ ਅਤੇ ਮੌਕੇ 'ਤੇ ਉਹਨਾਂ ਨੂੰ ਉੱਥੋਂ ਲੈ ਕੇ ਆਏ ਹਾਂ ਸੀਸੀਟੀਵੀ ਉੱਥੇ ਤਾਂ ਨਹੀਂ ਕੋਈ ਹੈਗੀ ਸੀ ਅਤੇ ਉੱਥੋਂ ਉਰੇ ਹੋਏਗੀ ਜਿਹੜੀ ਮਾਰਬਲ ਇਹਨਾਂ ਦੀ ਵੜੈਂਚ ਮਾਰਬਲ ਉੱਥੇ ਹੋਏਗੀ ਉੱਥੇ ਨਹੀਂ ਸੀ ਮੌਕੇ 'ਤੇ ਸੀਸੀਟੀਵੀ ਬੰਦੇ ਭਾਈ ਸਾਹਿਬ ਦੱਸ ਰਹੇ ਤਿੰਨ ਬੰਦੇ ਸੀ ਹਾਂਜੀ ਔਨਲਾਈਨ ਐਡ ਪਾਈ ਅਤੇ ਉੱਥੋਂ ਐਡ ਵੇਖ ਕੇ ਅਤੇ ਇਹ ਮਤਲਬ ਕਿ ਲੈਣ ਆਏ ਨੇ ਗੱਡੀ ਲੈਣ ਆਏ ਨੇ ਹਾਂਜੀ ਗੋਲੀ ਪੱਟ 'ਚ ਲੱਗੀ ਉਹਨਾਂ ਦੇ ਅਤੇ ਹੁਣ ਕੰਡੀਸ਼ਨ ਠੀਕ ਹੈ ਉਹਨਾਂ ਦੀ ਅਤੇ ਓਪਰੇਸ਼ਨ ਕਰਦੇ ਪਏ ਆਪਣੇ ਜੀ ਮੇਰਾ ਨਾਮ ਸ਼ਿਵ ਸ਼ੰਕਰ ਅਸੀਂ ਜੀ ਸੰਤ ਝਬਾਲ ਤੋਂ ਆਉਂਦੇ ਸੀ ਇਹ ਪਿੱਛੇ ਇਹਨਾਂ ਦੀ ਗੱਡੀ ਸੀ ਉਸ ਤੋਂ ਪਿੱਛੇ ਕੰਟੇਨਰ ਸੀ ਕੰਟੇਨਰ ਦੇ ਪਿੱਛੇ ਇਹੀ ਜਦੋਂ ਆਵਾਜ਼ ਹੋਈ ਤਾਂ ਇਹ ਅਸੀਂ ਦੁਆਲੇ ਦੁਆਲੇ ਕਰਕੇ ਵੱਡੇ ਪਟਾਕੇ ਪਟਾਕੇ ਚਲਾਉਂਦੇ ਹਾਂ ਸਪੀਡ 'ਚ ਹੀ ਗੱਡੀਆਂ ਇੱਕ ਆਇਕ ਜਦੋਂ ਕੰਟੇਨਰ ਨੇ ਬ੍ਰੇਕ ਮਾਰਿਆ ਤਾਂ ਦੇਖਿਆ ਇੱਕ ਬੰਦਾ ਤੜਪਣ ਡਿਆ ਬੰਦਾ ਸਾਡੇ ਵਾਕਫ ਸੀ ਉਹਨੂੰ ਫੌਜੀ ਕਹਿੰਦੇ ਬੜੇ 'ਚ ਮਾਰਵਾਲ ਵਾਲੇ ਦੇ ਪਿੱਛੇ ਉਹਨਾਂ ਦਾ ਘਰ ਹੈ ਤਾਂ ਅਸੀਂ ਦੇਖੇ ਬੰਦਾ ਸਾਡਾ ਵਾਕਫ ਹੋਇਆ ਤਾਂ ਉਹਨੂੰ ਚੁੱਕ ਕੇ ਕੀ ਹੋਇਆ ਉਹ ਕਹਿੰਦੇ ਸਾਡੂ ਗੋਲੀ ਮਾਰ ਕੇ ਤਾਂ ਉਹ ਗੱਡੀ ਲੈ ਕੇ ਭੱਜ ਗਏ ਗੱਡੀ ਲੈ ਕੇ ਉਹਨਾਂ ਨੇ ਇੱਕ ਮਿੰਟ ਲਾਏ ਗੱਡੀ ਉਹਨਾਂ ਨੂੰ ਉਤਾਰ ਕੇ ਤਾਂ ਉਸੇ ਵੇਲੇ ਸੁੱਟ ਕੇ ਹੀ ਸਮਝੋ ਉਤਾਰਨਾ ਕਿ ਅਸੀਂ ਸੁੱਟ ਕੇ ਰਾਈਟ ਸਾਈਡ ਹੀ ਸੁੱਟੇ ਇਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਭੱਜ ਗਏ ਅਸੀਂ ਉਹਨਾਂ ਨੂੰ ਗੱਡੀ ਸਾਡੇ ਕੋਲ ਮੋਟਰਸਾਈਕਲ ਸੀ ਫਿਰ ਗੱਡੀ ਦਾ ਇੰਤਜ਼ਾਰ ਕੀਤਾ ਇੱਕ ਗੱਡੀ ਵਾਲਾ ਆਇਆ ਭਾਈ ਉਹਦੇ ਲੱਦ ਕੇ ਲਿਆਏ ਅਸੀਂ ਬ੍ਰੇਕ ਮਾਲਵੇਲ ਵਾਲੇ ਕੋਲ ਫਿਰ ਲਾ ਕੇ ਅਸੀਂ ਐਡਮਿਟ ਕਰਾਏ ਇੱਥੇ ਅਸੀਂ ਤਾਂ ਦੇਖੇ ਨਹੀਂ ਕਿ ਉਹ ਟ੍ਰਾਇਲ
ਇਹ ਤਾਂ ਸਾਨੂੰ ਨਹੀਂ ਪਤਾ ਸੀ ਕਿ ਗੱਡੀ ਵੇਚਣ ਵਾਸਤੇ ਸੀ ਕਿ ਇਹਨਾਂ ਨੇ ਕਿਵੇਂ ਸੀ, ਉਹਨਾਂ ਦੇ ਅੰਦਰ ਹੀ ਬੰਦੇ ਨੇ ਸੀ, ਹੁਣ ਤਾਂ ਫੌਜੀ ਸਾਹਿਬ ਵੇਟੇ ਟਾਈਮ ਦੱਸਣਗੇ, ਅਸੀਂ ਤਾਂ ਉਹਨਾਂ ਨੂੰ ਚੁੱਕਣ ਦੇ ਕਿਤੇ ਨਾ, ਤਾਂ ਅਸੀਂ ਮੋਬਾਈਲ ਦੇਖੇ ਬੰਦਾ ਵਾਕਫ ਹੈ। ਇਨਵੈਸਟੀਗੇਸ਼ਨ ਹੋ ਰਹੀ ਹੈ, ਅਸੀਂ ਸਾਡਾ ਨਹੀਂ ਮਾਮਲਾ, ਸਿਟੀ ਦਾ ਮਾਮਲਾ ਸਾਡਾ ਨਹੀਂ, ਨਹੀਂ ਜੀ ਸਾਡਾ ਨਹੀਂ, ਸਿਟੀ ਦਾ। ਗੱਡੀ ਸਿਟੀ 'ਚੋਂ ਗਈ, ਸਿਟੀ 'ਚੋਂ ਗੱਡੀ ਗਈ, ਇਨਵੈਸਟੀਗੇਸ਼ਨ ਕਰ ਦਿਓ। ਸਰ ਬੰਦੇ ਦੇ ਕੀ ਹਾਲਾਤ ਤੁਸੀਂ ਦੇਖ ਕੇ ਆਏ ਹੋ ਸਰ? ਬੰਦਾ ਬਿਲਕੁਲ ਠੀਕ ਠਾਕ ਹੈ, ਨੋ ਪ੍ਰੋਬਲਮ। ਮੌਕਾ ਨੀ ਜੀ, ਮੈਂ ਤਾਂ ਪੇਸ਼ੈਂਟ ਨੂੰ ਮਿਲਿਆ ਜੀ, ਪੇਸ਼ੈਂਟ ਨੂੰ ਮਿਲਿਆ ਵਾ, ਕੋਈ ਨੀ, ਉਹਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ, ਠੀਕ ਹੈ, ਉਹਦੇ ਗੱਡੀ ਜਿਹੜੀ ਆ ਉਹਨੇ ਉਹਦੇ ਕੋਲ ਗੱਡੀ ਦੇਖਣ ਆਏ ਸੀ, ਉਹਨੂੰ ਉੱਥੋਂ ਗੱਡੀ ਉਹਦੇ ਘਰੋਂ ਲੈ ਕੇ ਉਹਦੇ ਗੋਲੀ ਮਾਰ ਦਿੱਤੀ ਆ, ਗੱਡੀ ਉਹਦੀ ਲੈ ਗਏ ਆ, ਬਾਕੀ ਇਨਵੈਸਟੀਗੇਸ਼ਨ ਹੋ ਰਹੀ ਆ, ਕੀ ਪ੍ਰੋਬਲਮ ਆ, ਝਗੜਾ ਵਾ, ਕੀ ਗੱਲ ਹੈ, ਸਾਰੀ ਗੱਲ ਕਲੀਅਰ ਹੋਈ। ਠੀਕ ਹੈ ਸਰ, ਥੈਂਕ ਯੂ।